ਸੀਐਮ ਭਗਵੰਤ ਮਾਨ ਨੇ ਰਜਿਸਟਰੀ ਨੂੰ ਲੈ ਕੇ ਐਨਓਸੀ ਦੀਆਂ ਸ਼ਰਤਾਂ ਰੱਦ ਕਰਨ ਦਾ ਫੈਸਲਾ ਸੁਣਾਇਆ। ਦਰਅਸਲ ਐਨਓਸੀਜ਼ ਨੂੰ ਲੈ ਕੇ ਵਿਵਾਦ ਕਾਫੀ ਦੇਰ ਦਾ ਭੜਕਿਆ ਹੋਇਆ ਸੀ। ਐਨਓਸੀਜ਼ ਨੂੰ ਲੈ ਕੇ ਲਗਾਤਾਰ ਲੋਕ ਅਤੇ ਵਪਾਰੀ ਨਾਖੁਸ਼ ਨਜ਼ਰ ਆ ਰਹੇ ਸੀ, ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਇਹ ਫੈਸਲਾ ਕਰ ਲਿਆ ਔਰ ਉਸ ਦੇ ਇਵਜ਼ ਦੇ ਵਿੱਚ ਹੱਲ ਉਸ ਤੋਂ ਪਹਿਲਾਂ ਹੀ ਲਿਆ ਕੇ ਰੱਖ ਦਿੱਤਾ। ਦਰਅਸਲ ਇਸ ਤੋਂ ਪਹਿਲਾਂ ਰਜਿਸਟਰੀਆਂ ਨੂੰ ਲੈ ਕੇ ਕਲਰਡ ਰਜਿਸਟਰੀ ਸਰਟੀਫਿਕੇਟਸ ਜਿਹੜੇ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ, ਜਿਸ ਦੇ ਆਧਾਰ ਦੇ ਉੱਤੇ ਰਿਹਾਇਸ਼ੀ ਅਤੇ ਕਮਰਸ਼ੀਅਲ ਵੱਖ ਵੱਖ ਤਰੀਕੇ ਦੇ ਨਾਲ ਸਮਝੇ ਜਾ ਸਕਦੇ ਨੇ। ਖੈਰ ਉਹ ਚੀਜ਼ ਇੰਪਲੀਮੈਂਟ ਹੁੰਦੀ ਹੈ ਅਤੇ ਉਸ ਤੋਂ ਅਲੈਦਾ ਹੁਣ ਜਿਹੜੀ ਐਨਓਸੀ ਦੀ ਪ੍ਰਕਿਰਿਆ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ, ਜਿਸ ਦੇ ਨਾਲ ਲੋਕ ਜੂਝ ਰਹੇ ਸੀਗੇ, ਉਸ ਤੋਂ ਲੋਕਾਂ ਨੂੰ ਨਿਜਾਤ ਪਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਆਰੰਭ ਕਰ ਦਿੱਤੀ ਗਈ ਹੈ। ਐਨਓਸੀ ਯਾਨੀ ਕਿ ਨੋ ਓਬਜੈਕਸ਼ਨ ਸਰਟੀਫਿਕੇਟ ਲੋਕਾਂ ਦੇ ਵਾਸਤੇ ਇੱਕ ਇਹੋ ਜਿਹਾ ਫਾਹਾ ਬਣ ਗਿਆ ਸੀ ਜੋ ਲੋਕਾਂ ਨੂੰ ਬੇਹੱਦ ਪਰੇਸ਼ਾਨ ਕਰ ਰਿਹਾ ਸੀ। ਲੋਕਾਂ ਦੇ ਮੁਤਾਬਕ, ਵਪਾਰੀਆਂ ਦੇ ਮੁਤਾਬਕ, ਕਈ ਵਾਰ ਉਹਨਾਂ ਨੂੰ ਲੰਮੀਆਂ ਲੰਮੀਆਂ ਕਤਾਰਾਂ ਦੇ ਵਿੱਚ ਖੜ੍ਹ ਕੇ ਕਈ ਘੰਟੇ ਨਹੀਂ ਸਗੋਂ ਕਈ ਦਿਨਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਜਿਹੜੇ ਅਧਿਕਾਰੀ ਨਿਯੁਕਤ ਕੀਤੇ ਗਏ ਸੀ, ਜਿਹੜੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ, ਉਹਨਾਂ ਦੇ ਕੋਲ ਸੁਵਿਧਾਵਾਂ ਮੌਜੂਦ ਨਹੀਂ ਸਨ, ਉਹਨਾਂ ਦੇ ਕੋਲ ਕੰਪਿਊਟਰਸ ਮੌਜੂਦ ਨਹੀਂ ਸਨ ਜਿਹਦੇ ਨਾਲ ਔਨਲਾਈਨ ਪੱਧਰ ਦੇ ਉੱਤੇ ਇਸ ਕੰਮ ਨੂੰ ਅੰਜਾਮ ਦੇ ਵਿੱਚ ਲਿਆਂਦਾ ਜਾ ਸਕੇ। ਇਸ ਦੇ ਨਾਲ ਨਾਲ ਲੋਕਾਂ ਨੇ ਅਤੇ ਵਪਾਰੀਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਿਹੜੇ ਅਧਿਕਾਰੀ ਉੱਥੇ ਕੰਮ ਕਰ ਰਹੇ ਨੇ ਉਹ ਲੋਕਾਂ ਦੇ ਕੋਲੋਂ ਮੋਟੀ ਰਕਮ ਮੰਗਦੇ ਨੇ ਐਨਓਸੀ ਕਲੀਅਰੈਂਸ ਦੇ ਵਾਸਤੇ, ਅਤੇ ਜਿਸ ਨੂੰ ਲੈ ਕੇ ਲੋਕ ਅਤੇ ਵਪਾਰੀ ਬੜੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਸਨ। ਹਾਲਾਂਕਿ ਇਹ ਕਿਹਾ ਜਾਂਦਾ ਸੀ ਕਿ ਇੱਕ ਰਕਮ ਜਿਹੜੀ ਜ਼ਰੂਰੀ ਹੈ ਉਹ ਐਨਓਸੀ ਦੇ ਵਾਸਤੇ ਕਲੀਅਰੈਂਸ ਕਰਾਉਣ ਦੇ ਵਾਸਤੇ ਉਹ ਜ਼ਰੂਰੀ ਹੈਗੀ ਹੈ, ਪਰ ਉਹ ਲੋਕਾਂ ਦੇ ਕੋਲੋਂ ਪੈਸੇ ਜਿਹੜੇ ਲਏ ਜਾਂਦੇ ਸਨ ਉਹ ਲੋਕਾਂ ਦੀਆਂ ਜੇਬਾਂ ਦੇ ਉੱਤੇ ਡਾਕਾ ਪੈਂਦਾ ਲੋਕ ਦੱਸ ਰਹੇ ਸਨ। ਖੈਰ ਇਸ ਦੇ ਨਾਲ ਨਿਜਾਤ ਪਾਉਣ ਦੇ ਵਾਸਤੇ ਸੀਐਮ ਭਗਵੰਤ ਮਾਨ ਨੇ ਆਪਣਾ ਇੱਕ ਹੋਰ ਨਵਾਂ ਪ੍ਰੋਗਰਾਮ ਕੱਢ ਲਿਆ, ਜਿਸ ਦੇ ਆਧਾਰ ਦੇ ਉੱਤੇ ਇਸ ਐਨਓਸੀ ਨੂੰ ਰੱਦ ਹੀ ਕਰ ਦਿੱਤਾ ਗਿਆ। ਸੀਐਮ ਭਗਵੰਤ ਮਾਨ ਨੇ ਇਸ ਐਨਓਸੀ ਨੂੰ ਖਤਮ ਕਰ ਦਿੱਤਾ ਔਰ ਇਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ, ਪਰ ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰਾਂ ਜ਼ਰੂਰ ਵਿਰੋਧ ਕਰਦੀਆਂ ਨਜ਼ਰ ਆ ਰਹੀਆਂ। ਇਸ ਗੱਲ ਦੀ ਵਿਰੋਧ ਤਾਂ ਕੀਤੀ ਜਾ ਰਹੀ ਹੈ, ਇਸ ਗੱਲ ਨੂੰ ਲੈ ਕੇ ਸਾਫ਼ ਕਿਹਾ ਜਾ ਰਿਹਾ ਆ ਕਿ ਇਹ ਉਹੀ ਐਨਓਸੀ ਦਾ ਪ੍ਰੋਗਰਾਮ ਹੈਗਾ ਜਿਹੜਾ ਸੀਐਮ ਭਗਵੰਤ ਮਾਨ 2022 ਦੇ ਵਿੱਚ ਲੈ ਕੇ ਆਏ ਸੀ। ਇਹ ਕਹਿਣ ਵਾਲੇ ਹੋਰ ਕੋਈ ਨਹੀਂ ਸਗੋਂ ਪ੍ਰਤਾਪ ਸਿੰਘ ਬਾਜਵਾ, ਲੀਡਰ ਓਪੋਜੀਸ਼ਨ ਨੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਐਨਓਸੀ ਦਾ ਪ੍ਰੋਗਰਾਮ ਸੀਐਮ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਲੈ ਕੇ ਆਈ ਸੀ ਔਰ 2022 ਦੇ ਵਿੱਚ ਲਿਆਂਦਾ ਗਿਆ ਸੀ। ਇਹ ਉਸ ਐਨਓਸੀ ਦੇ ਕਾਨੂੰਨ ਨੂੰ ਰੱਦ ਕਰਦੇ ਪਏ ਨੇ। ਖੈਰ ਇਸ ਐਨਓਸੀ ਦੇ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਵਾਸਤੇ ਸੀਐਮ ਭਗਵੰਤ ਮਾਨ ਨੇ ਇਹ ਕਦਮ ਚੁੱਕਿਆ, ਪਰ ਦੂਜੇ ਪਾਸੇ ਲੀਡਰ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇਸ ਨੂੰ ਲੋਕ ਸਭਾ ਦੇ ਵਿੱਚ, ਲੋਕ ਸਭਾ ਚੋਣਾਂ ਦੇ ਵਿੱਚ ਲਾਹਾ ਲੈਣ ਦੇ ਲਈ ਇੱਕ ਸ਼ੜਯੰਤਰ ਦੱਸਦੇ ਨਜ਼ਰ ਆ ਰਹੇ ਨੇ। ਖੈਰ ਇਹਨਾਂ ਗੱਲਾਂ ਨੂੰ ਲੈ ਕੇ ਸਿਆਸੀ ਪੱਧਰ ਦੇ ਉੱਤੇ ਜੋ ਹਿਲਜੁਲ ਮੱਚਦੀ ਪਈ ਹੈ ਉਹ ਸਮਾਂ ਦੱਸੇਗਾ, ਪਰ ਫਿਲਹਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਐਨਓਸੀ ਰੱਦ ਕਰਨ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ, ਐਨਓਸੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਮੀਟਿੰਗ ਰੱਖੀ ਜਾਂਦੀ ਹੈ, ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਆ ਅਤੇ ਇਸ ਬਾਰੇ ਲੋਕਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਸੀਐਮ ਭਗਵੰਤ ਮਾਨ ਕਰਦੇ ਨਜ਼ਰ ਆ ਰਹੇ ਨੇ। ਨਾ ਸਿਰਫ ਉਹਨਾਂ ਨੇ ਐਨਓਸੀ ਨੂੰ ਲੈ ਕੇ ਗੱਲ ਕਹੀ ਹੈ, ਉਹਨਾਂ ਨੇ ਸਗੋਂ ਇਹ ਵੀ ਕਿਹਾ ਆ ਕਿ ਇਸ ਦੇ ਨਾਲ ਜਿਹੜੇ ਇਲੀਗਲ ਕਲੋਨੀਆਂ ਕੱਟਦੇ ਨੇ ਉਹਨਾਂ ਨੂੰ ਵੀ ਨਕੇਲ ਪਾਈ ਜਾਵੇਗੀ, ਉਹਨਾਂ ਦੇ ਉੱਤੇ ਵੀ ਨਕੇਲ ਕੱਸੀ ਜਾਵੇਗੀ, ਜਿਸ ਦੇ ਨਾਲ ਨਾਲ ਵੱਡਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਪਹੁੰਚੇਗਾ। ਉਹਨਾਂ ਨੇ ਇਲੀਗਲ ਕਲੋਨੀਆਂ ਉਸਾਰਨ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ, ਇਸੇ ਤਰ੍ਹਾਂ ਤੁਸੀਂ ਕੰਮ ਕਰਦੇ ਰਹੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ 1-2 ਸਾਲਾਂ ਦੇ ਵਿੱਚ ਮੁਕੰਮਲ ਤਰੀਕੇ ਨਾਲ ਨਕੇਲ ਕੱਸੀ ਜਾਵੇਗੀ। ਔਰ ਜੇ ਐਨਓਸੀ
ਰੱਦ ਹੋਣ ਤੋਂ ਬਾਅਦ ਇਲੀਗਲ ਕਲੋਨੀਆਂ ਕੱਟਣ ਵਾਲੇ ਇਹ ਸਮਝਦੇ ਨੇ ਕਿ ਉਹਨਾਂ ਦਾ ਰਾਹ ਪੱਧਰਾ ਹੋ ਗਿਆ ਅਤੇ ਇਸ ਦੇ ਬਾਬਤ ਵੀ ਸੀ ਐਮ ਭਗਵੰਤ ਮਾਨ ਬੋਲਦੇ ਨਜ਼ਰ ਆ ਰਹੇ ਨੇ। ਕਹਿੰਦੇ ਨੇ ਕਿ ਇੱਕ ਵਾਰ ਕੱਟ ਲਓਗੇ ਪਰ ਦੂਜੀ ਵਾਰ ਅੜਿੱਕੇ ਜ਼ਰੂਰ ਚੜੋਗੇ ਔਰ ਉਸ ਤੋਂ ਬਾਅਦ ਬਖਸ਼ਿਆ ਨਹੀਂ ਜਾਵੇਗਾ। ਸੀ ਐਮ ਭਗਵੰਤ ਮਾਨ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਔਰ ਨਾਲ ਨਾਲ ਲੋਕਾਂ ਨੂੰ ਮੁਸੀਬਤ ਤੋਂ ਨਜਾਤ ਪਾਉਣ ਵਾਸਤੇ ਵੀ ਸੀ ਐਮ ਭਗਵੰਤ ਮਾਨ ਡਟ ਕੇ ਬੋਲਦੇ ਨਜ਼ਰ ਆ ਰਹੇ ਨੇ। ਆਖਿਰ ਆਪਣੇ ਬਿਆਨ ਦੇ ਵਿੱਚ ਸੀ ਐਮ ਭਗਵੰਤ ਮਾਨ ਕੀ ਬੋਲੇ ਨੇ, ਆਓ ਸੁਣ ਲੈਂਦੇ ਹਾਂ। ਇੱਕ ਹੋਰ ਅੱਜ ਖੁਸ਼ਖਬਰੀ ਦੀ ਗੱਲ ਹੈ, ਅੱਜ ਹੀ ਸਵੇਰੇ ਮੈਂ ਦਿੱਲੀ ਤੋਂ ਚੱਲਣ ਤੋਂ ਪਹਿਲਾਂ ਮੈਂ ਸੋਚ ਰਿਹਾ ਸੀ, ਮੇਰੇ ਕੋਲ ਅਫਸਰ ਮੈਂ ਬੁਲਾਏ ਹੋਏ ਸੀਗੇ, ਨਾਲ ਹੀ ਰਹਿੰਦੇ ਅਫਸਰ, ਕਿਉਂਕਿ ਮੁੱਖ ਮੰਤਰੀ ਜਦੋਂ ਚੱਲਦਾ ਅਫਸਰ ਨਾਲ ਚੱਲਦੇ ਨੇ, ਕੋਈ ਵੀ ਡਿਸੀਜਨ ਮੌਕੇ ਤੇ ਲੈਣਾ ਪੈ ਸਕਦਾ। ਤਾਂ ਜਿੰਨੀਆਂ ਵੀ ਰਜਿਸਟਰੀਆਂ ਹੋਣਗੀਆਂ, ਜਿਸ ਕਿਸਮ ਦੀਆਂ ਵੀ ਰਜਿਸਟਰੀਆਂ ਹੋਣਗੀਆਂ, ਸਾਰਿਆਂ ਤੋਂ NOC ਖਤਮ। ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣ ਦੇਣੀ। ਹੁਣ ਕੀ ਕਰਦੇ ਕਲੋਨੀਆਂ ਬਣਾਉਣ ਵਾਲੇ, ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ, ਤੁਹਾਨੂੰ ਲੀਡਰਾਂ ਦੇ ਬੱਸ ਪਾ ਜਾਂਦੇ ਨੇ ਵੀ ਦਿਓ ਧਰਨਾ ਇੱਥੇ ਸੀਵਰੇਜ ਪਾਓ ਜੀ, ਕਲੋਨੀ ਇਲੀਗਲ ਹੈ, ਦਿਓ ਧਰਨਾ ਇੱਥੇ ਬਿਜਲੀ ਪਾਓ ਦਿਓ ਜੀ, ਦਿਓ ਧਰਨਾ ਮੀਟਰ ਨਹੀਂ ਲੱਗ ਰਹੇ। ਠੀਕ ਹੈ, ਤੂੰ ਪਹਿਲਾਂ ਜੋ ਕਰਕੇ ਕਰਕੇ, ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ। ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਗਏ, ਗਰੀਬ ਲੈ ਗਏ, ਕੋਈ ਪੈਸਾ ਥੋੜਾ ਤਾਂ ਪੈਸਾ ਲੱਗ ਗਿਆ ਨਾ, ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ। ਕੋਈ ਗੱਲ ਨਹੀਂ, ਦੋ ਚਾਰ ਪੰਜ ਦਸ ਪੰਜਾਹ ਸੌ ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋਜੂ, ਮੇਰੀ ਇਲੀਗਲ ਕਲੋਨੀ ਵਿਕ ਗਈ, ਚਲੋ ਕੋਈ ਨੀ, ਖੁਸ਼ ਹੋ ਲਏ, ਪੰਜ ਦਿਨ ਦਸ ਦਿਨ ਮਹੀਨਾ ਦੋ ਮਹੀਨੇ, ਅਗਲੀ ਵੀ ਕੱਟੂਗਾ, ਫਿਰ ਆਉਣਾ ਤਾਂ ਫਿਰ ਪੁਲਾਂ ਦੇ ਹੇਠ ਹੀ ਹੈ ਪਾਣੀ ਨੇ ਨਾ, ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਇੱਕ ਇਲੀਗਲ ਕੱਟੀ ਹੋਈ ਹੈ, ਪਹਿਲਾਂ ਵਾਲੀ ਦਾ ਹਿਸਾਬ ਕਰ ਪਹਿਲਾਂ, ਪਰ ਤੁਹਾਨੂੰ ਅਸੀਂ ਰਜਿਸਟਰੀਆਂ ਵਾਸਤੇ ਰੋਕਦੇ। Subscribe to One India channel and never miss an update.